ਇਟਸ ਯੂਅਰ ਬੋਡੀ ਹੋਰੀ ਬਾਬਾ। ਤੇਰੇ ਹੁਸਨ ਦੀ ਕੀ ਤਾਰੀਫ ਕਰਾਂ, ਤੈਨੂੰ ਚੰਨ ਆਖਾਂ ਜਾਂ ਗੁਲਾਬ ਆਖਾਂ, ਤੱਕ ਸਾਦਗੀ ਅਣਖ ਅਦਾ ਕੁੜੀਏ ਨੂੰ ਤੈਨੂੰ ਤੁਰਦਾ ਫਿਰਦਾ ਪੰਜਾਬ ਆਖਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਪੰਜਾਬ ਦੀ ਉਸ ਨਾਮਵਰ ਮਾਡਲ ਤੇ ਐਕਟਰਸ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਹਾਂਜੀ ਦੋਸਤੋ, ਅੱਜ ਮੈਂ ਤੁਹਾਡੇ ਲਈ ਕਮਲ ਖੰਗੂੜਾ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਨੇ ਆਪਣਾ ਕਰੀਅਰ ਐਜ਼ ਏ ਮਾਡਲ ਸਟਾਰਟ ਕੀਤਾ ਸੀ ਤੇ ਹੁਣ ਉਹ ਇੱਕ ਜੋ ਪੰਜਾਬੀ ਨਵੀਂ ਫਿਲਮ ਆਈ ਆ ਟਾਈਟੈਨਿਕ, ਉਸ ਵਿੱਚ ਵੀ ਕੰਮ ਕਰ ਰਹੇ ਆ। ਉਹ ਫਿਲਮ 28 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਆ, ਜਿਸ ਵਿੱਚ ਲੋਕ ਉਹਨਾਂ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ 'ਚ ਕਮਲ ਖੰਗੂੜਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਬਾਰੇ ਅਤੇ ਉਹ ਇੰਨਾ ਲੰਬਾ ਸਮਾਂ ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਪੰਜਾਬੀ ਫਿਲਮ ਇੰਡਸਟਰੀ ਤੋਂ ਕਿਉਂ ਦੂਰ ਰਹੇ ਉਹਦੇ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਅਤੇ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਤੁਹਾਡੇ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਸਭ ਦੀ ਫੇਵਰੇਟ ਕਮਲ ਖੰਗੂੜਾ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਕਮਲ ਖੰਗੂੜਾ ਦਾ ਜਨਮ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਹੋਇਆ ਤੇ ਉਹ ਉੱਥੇ ਹੀ ਪੜ੍ਹੇ ਲਿਖੇ ਤੇ ਵੱਡੇ ਹੋਏ। ਜੇ ਆਪਾਂ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਰਿਵਾਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ। ਜਦੋਂ ਕਮਲ ਖੰਗੂੜਾ ਜੀ ਦੀ ਉਮਰ ਸਿਰਫ 13 ਸਾਲ ਦੀ ਸੀ ਤੇ ਉਹ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪੰਜਾਬੀ ਮਿਊਜ਼ਿਕ ਵੀਡੀਓ ਨਾਲ ਕੀਤੀ ਤੇ ਉਸ ਵਿੱਚ ਉਹਨਾਂ ਨੇ ਮਾਡਲਿੰਗ ਕੀਤੀ ਸੀ। ਇਸ ਤੋਂ ਬਾਅਦ ਵੀ ਉਹਨਾਂ ਦੀ ਮਾਡਲਿੰਗ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਪਸੰਦ ਕੀਤਾ, ਉਹਨਾਂ ਨੇ ਕਦੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹੁਣ ਤੱਕ ਉਹ 200 ਤੋਂ ਵੀ ਜ਼ਿਆਦਾ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਐਜ਼ ਏ ਮਾਡਲ ਕੰਮ ਕਰ ਚੁੱਕੇ ਆ ਅਤੇ ਉਹਨਾਂ ਦੀ ਹੁਣ ਇੱਕ ਨਵੀਂ ਫਿਲਮ ਵੀ ਆਈ ਹੈ ਜਿਸ ਨਾਲ ਉਹਨਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਵੀ ਸ਼ੁਰੂਆਤ ਕੀਤੀ ਆ। ਫਿਲਮ ਦਾ ਨਾਂ ਟਾਈਟੈਨਿਕ। ਇਸ ਫਿਲਮ ਨੂੰ ਰਵੀ ਪੁੰਜ ਜੀ ਡਾਇਰੈਕਟ ਕਰ ਰਹੇ ਆ ਅਤੇ ਇਹ ਫਿਲਮ 28 ਦਸੰਬਰ 2018 ਨੂੰ ਰਿਲੀਜ਼ ਹੋ ਚੁੱਕੀ ਆ, ਜਿਸ ਨੂੰ ਲੋਕ ਬਹੁਤ ਪਿਆਰ ਦੇ ਰਹੇ ਆ ਅਤੇ ਉਹਨਾਂ ਦੀ ਐਕਟਿੰਗ ਨੂੰ ਖਾਸ ਤੌਰ 'ਤੇ ਬਹੁਤ ਜ਼ਿਆਦਾ ਲੋਕ ਪਸੰਦ ਕਰ ਰਹੇ ਆ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਕਮਲ ਖੰਗੂੜਾ ਜੀ ਬਹੁਤ ਲੰਬਾ ਸਮਾਂ ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ ਤੋਂ ਕਿਉਂ ਦੂਰ ਰਹੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਜਿਸ ਸਮੇਂ ਉਹਨਾਂ ਨੇ ਮਾਡਲਿੰਗ ਕਰਨੀ ਸ਼ੁਰੂ ਕੀਤੀ ਸੀ ਤਾਂ ਉਹਨਾਂ ਦੀ ਉਮਰ ਸਿਰਫ 13 ਸਾਲ ਦੀ ਸੀ ਅਤੇ ਉਹ ਉਸ ਸਮੇਂ ਸਕੂਲ ਵਿੱਚ ਪੜ੍ਹ ਰਹੇ ਸੀ। ਉਸ ਸਮੇਂ ਉਹ ਸਿਰਫ ਮਾਡਲਿੰਗ ਆਪਣਾ ਸ਼ੌਂਕ ਪੂਰਾ ਕਰਨ ਲਈ ਕਰਦੇ ਸੀ, ਕਿਉਂਕਿ ਜਿਸ ਦਿਨ ਸੰਡੇ ਹੁੰਦਾ ਸੀ ਉਹ ਉਸ ਦਿਨ ਕਿਸੇ ਨਾ ਕਿਸੇ ਸ਼ੂਟ 'ਤੇ ਚਲੇ ਜਾਂਦੇ ਸੀ ਅਤੇ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦੇ ਸੀ ਅਤੇ ਉਹ ਕੰਮ ਵੀ ਕਰਦੇ ਸੀ। ਪਰ ਬਾਅਦ ਵਿੱਚ ਉਹਨਾਂ ਨੇ ਸੋਚਿਆ ਕਿ ਆਪਣੀ ਪੜ੍ਹਾਈ 'ਤੇ ਵੀ ਫੋਕਸ ਕਰਨਾ ਜ਼ਰੂਰੀ ਹੈ, ਇਸ ਲਈ ਉਹਨਾਂ ਨੇ ਸਟੱਡੀਜ਼ ਵੱਲ ਪ੍ਰੋਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਮਾਡਲਿੰਗ ਵੱਲ ਥੋੜ੍ਹਾ ਜਿਹਾ ਧਿਆਨ ਘੱਟ ਕਰ ਦਿੱਤਾ। ਪਰ ਉਸ ਸਮੇਂ ਉਹਨਾਂ ਨੇ ਮਾਡਲਿੰਗ ਨੂੰ ਬਿਲਕੁਲ ਛੱਡਿਆ ਨਹੀਂ ਸੀ, ਉਹ ਕਿਸੇ ਨਾ ਕਿਸੇ ਵੀਡੀਓ ਵਿੱਚ ਕੰਮ ਕਰਦੇ ਰਹਿੰਦੇ ਸੀ। ਪਰ ਹੌਲੀ ਹੌਲੀ ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਘੱਟ ਨਜ਼ਰ ਆਉਣ ਲੱਗ ਪਏ। ਜੇ ਆਪਾਂ ਉਹਨਾਂ ਦੇ ਸਟਾਰਟਿੰਗ ਕਰੀਅਰ ਦੀ ਗੱਲ ਕਰੀਏ, ਜਦੋਂ ਉਹਨਾਂ ਨੇ ਮਾਡਲਿੰਗ ਸ਼ੁਰੂ ਕੀਤੀ ਸੀ ਉਸ ਸਮੇਂ ਕਮਲ ਖੰਗੂੜਾ ਜੀ ਹਰ ਦੂਜੇ ਜਾਂ ਤੀਜੇ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਂਦੇ ਸੀ ਅਤੇ ਉਹਨਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਮਿਊਜ਼ਿਕ ਵੀਡੀਓ ਅਧੂਰੀ ਮੰਨੀ ਜਾਂਦੀ ਸੀ। ਇਸੇ ਕਾਰਨ ਹੀ ਸੰਨ 2008 ਵਿੱਚ ਕਮਲ ਖੰਗੂੜਾ ਜੀ ਨੂੰ ਬੈਸਟ ਮਾਡਲ ਪਟਿਆਲਾ ਅਤੇ ਬੈਸਟ ਮਾਡਲ ਸੰਗਰੂਰ ਦੇ ਖਿਤਾਬ ਨਾਲ ਨਵਾਜਿਆ ਗਿਆ। ਉਹਨਾਂ ਦਾ ਕਰੀਅਰ ਬੁਲੰਦੀਆਂ 'ਤੇ ਪਹੁੰਚ ਚੁੱਕਿਆ ਸੀ, ਪਰ ਉਹਨਾਂ ਨੇ ਉਸ ਸਮੇਂ ਅਚਾਨਕ ਹੀ ਪੰਜਾਬੀ ਮਿਊਜ਼ਿਕ ਵੀਡੀਓ ਵਿੱਚ ਆਉਣਾ ਘੱਟ ਕਰ ਦਿੱਤਾ ਆਪਣੀ ਸਟੱਡੀਜ਼ ਕਾਰਨ। ਪਰ ਦੋਸਤੋ, ਜੇ ਆਪਾਂ ਉਹਨਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਇੰਡਸਟਰੀ ਨੂੰ ਬਿਲਕੁਲ ਨਹੀਂ ਛੱਡਿਆ ਸੀ, ਉਹ ਕਿਸੇ ਨਾ ਕਿਸੇ ਸੌਂਗ ਵਿੱਚ ਜ਼ਰੂਰ ਕੰਮ ਕਰਦੇ ਰਹਿੰਦੇ ਸੀ।
ਪਰ ਹੁਣ ਦੁਬਾਰਾ ਉਹਨਾਂ ਨੇ ਇਸ ਇੰਡਸਟਰੀ ਵਿੱਚ ਐਂਟਰੀ ਮਾਰੀ ਹੈ, ਜਿਸ ਕਾਰਨ ਉਹਨਾਂ ਦੇ ਫੈਨਸ ਬਹੁਤ ਜ਼ਿਆਦਾ ਖੁਸ਼ ਆ। ਜੇ ਦੋਸਤੋ ਆਪਾਂ ਕਮਲ ਖੰਗੂੜਾ ਜੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਨੇ ਸੰਨ 2014 ਵਿੱਚ ਵਿੱਕੀ ਸ਼ੇਰਗਿੱਲ ਜੀ ਨਾਲ ਮੈਰਿਜ ਕਰਾਈ। ਵਿੱਕੀ ਸ਼ੇਰਗਿੱਲ ਜੀ ਉਹਨਾਂ ਦੇ ਬੈਸਟ ਫਰੈਂਡ ਵੀ ਸੀ। ਸੋ ਦੋਸਤੋ ਕਮਲ ਖੰਗੂੜਾ ਜੀ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਖੁਸ਼ ਆ ਅਤੇ ਉਹਨਾਂ ਨੇ ਕਿਹਾ ਕਿ ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ ਵਿੱਚ ਆਪਣਾ 100% ਦੇਣਗੇ ਤਾਂ ਜੋ ਉਹਨਾਂ ਦੇ ਫੈਨਸ ਜਿਵੇਂ ਉਹਨਾਂ ਨੂੰ ਪਹਿਲਾਂ ਪਿਆਰ ਕਰਦੇ ਸੀ ਉਸੇ ਤਰ੍ਹਾਂ ਪਿਆਰ ਕਰਦੇ ਰਹਿਣ। ਜਿਵੇਂ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਫੈਨਸ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਬਹੁਤ ਜ਼ਿਆਦਾ ਪਸੰਦ ਕੀਤਾ। ਉਹਨਾਂ ਨੂੰ ਉਮੀਦ ਆ ਕਿ ਜਿਹੜੀ ਉਹਨਾਂ ਦੀ ਫਿਲਮ ਆਈ ਹੈ ਟਾਈਟੈਨਿਕ, ਉਸ ਵਿੱਚ ਵੀ ਉਹਨਾਂ ਦੇ ਰੋਲ ਨੂੰ, ਉਹਨਾਂ ਦੀ ਐਕਟਿੰਗ ਨੂੰ ਉਹਨਾਂ ਦੇ ਜਿਹੜੇ ਫੈਨਸ ਦਾ ਜ਼ਰੂਰ ਪਸੰਦ ਕਰਨਗੇ। ਸੋ ਦੋਸਤੋ ਮੈਨੂੰ ਉਮੀਦ ਆ ਕਿ ਕਮਲ ਖੰਗੂੜਾ ਜੀ ਦੇ ਜਿੰਨੇ ਵੀ ਫੈਨ ਆ ਇਸ ਫਿਲਮ ਨੂੰ ਜ਼ਰੂਰ ਵੇਖ ਕੇ ਆਏ ਹੋਣਗੇ ਅਤੇ ਉਹਨਾਂ ਨੂੰ ਪਸੰਦ ਆਈ ਹੋਊਗੀ। ਜੇ ਦੋਸਤੋ ਤੁਸੀਂ ਅਜੇ ਤੱਕ ਇਹ ਫਿਲਮ ਨਹੀਂ ਦੇਖੀ ਤਾਂ ਪਲੀਜ਼ ਜ਼ਰੂਰ ਵੇਖ ਕੇ ਆਓ ਅਤੇ ਕਮਲ ਖੰਗੂੜਾ ਜੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਕਿਉਂਕਿ ਉਹ ਕਾਫੀ ਲੰਬੇ ਸਮੇਂ ਬਾਅਦ ਫਿਰ ਇੰਡਸਟਰੀ ਵਿੱਚ ਸਾਨੂੰ ਨਜ਼ਰ ਆਏ ਆ। ਸੋ ਆਪਾਂ ਨੂੰ ਉਮੀਦ ਆ ਕਿ ਕਮਲ ਖੰਗੂੜਾ ਜੀ ਆਪਣੀਆਂ ਵਧੀਆ ਵਧੀਆ ਫਿਲਮਾਂ ਅਤੇ ਵਧੀਆ ਵਧੀਆ ਪੰਜਾਬੀ ਮਿਊਜ਼ਿਕ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣਗੇ। ਅਸੀਂ ਆਪਣੇ ਚੈਨਲ ਬੋਲੀ ਹੋਲੀ ਬਾਬਾ ਅਤੇ ਸਾਡੀ ਪੂਰੀ ਟੀਮ ਵੱਲੋਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਕਮਲ ਖੰਗੂੜਾ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਵਧੀਆ ਵਧੀਆ ਫਿਲਮਾਂ ਅਤੇ ਵਧੀਆ ਵਧੀਆ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣ। ਜੇ ਦੋਸਤੋ ਤੁਸੀਂ ਟਾਈਟੈਨਿਕ ਮੂਵੀ ਦੇਖ ਚੁੱਕੇ ਹੋ ਤਾਂ ਤੁਸੀਂ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਮਲ ਖੰਗੂੜਾ ਜੀ ਦੀ ਐਕਟਿੰਗ ਕਿਵੇਂ ਲੱਗੀ ਅਤੇ ਵੀਡੀਓ ਦੇ ਨੀਚੇ ਕਮੈਂਟ ਵਿੱਚ ਲਿਖੋ ਆਈ ਸਪੋਰਟ ਕਮਲ ਖੰਗੂੜਾ। ਅਤੇ ਨਾਲ ਦੀ ਨਾਲ ਦੋਸਤੋ ਜੇ ਤੁਸੀਂ ਕਮਲ ਖੰਗੂੜਾ ਜੀ ਦੇ ਪੱਕੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਕਮਲ ਖੰਗੂੜਾ ਜੀ ਦੀ ਲਾਈਫ ਅਤੇ ਸੰਘਰਸ਼ ਬਾਰੇ ਜਾਣ ਸਕਣ। ਅਤੇ ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਦਿਓ ਜਾਇ ਤਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।